ਪਤਾ ਲੱਗਿਆ ਸੀਗਾ ਵੀ ਇੱਕ ਜਗਤਾਰ ਸਿੰਘ ਨਾਮ ਦੇ ਵਿਅਕਤੀ ਨੇ ਜਿਹੜੀ ਹੈਗੀ ਹੈ ਫਾਇਰਿੰਗ ਕਰਕੇ ਆਪਣੀ ਜਿਹੜੀ ਹੈਗੀ ਹੈ ਘਰ ਵਾਲੀ ਜਿਹੜੀ ਸੁਖਪ੍ਰੀਤ ਕੌਰ ਉਹਦੀ ਜਿਹੜੀ ਹੈਗੀ ਹੈ ਮੌਤ ਕਰ ਦਿੱਤੀ ਹੈ। ਅਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੇ ਇਹਦੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ ਇਹਦੇ ਨਾਜਾਇਜ਼ ਸੰਬੰਧ ਸੀਗੇ ਨਿਰਮਲਜੀਤ ਕੌਰ ਇਹਦੀ ਮਾਤਾ ਅਤੇ ਇਹਦੀ ਜਿਹੜੀ ਭੈਣ ਹੈਗੀ ਹੈ ਅਤੇ ਇਹਦੇ ਜੀਜੇ ਦੀ ਜਿਹੜੀ ਹੈਗੀ ਆ ਉਹ ਸਾਜਿਸ਼ ਹੈ ਅਤੇ ਉਹਨਾਂ ਦੀ ਸ਼ਹਿ 'ਤੇ ਇਹਨੇ ਜਿਹੜਾ ਹੈਗਾ ਵੀ ਉਹ ਕਤਲ ਜਿਹੜਾ ਉਹ ਕੀਤਾ। ਅਤੇ ਇਹਦੇ ਜਿਹੜਾ ਜਗਤਾਰ ਸਿੰਘ ਹੈ ਇਹਦੇ ਨਿਰਮਲਜੀਤ ਕੌਰ ਦੇ ਨਾਲ ਕਾਫੀ ਸਮੇਂ ਤੋਂ ਜਿਹੜੇ ਹੈਗੇ ਆ ਨਾਜਾਇਜ਼ ਸੰਬੰਧ ਇਹਨਾਂ ਦੇ ਦੱਸੇ ਮੁਤਾਬਕ ਚੱਲ ਰਹੇ ਹੈਗੇ ਆ ਅਤੇ ਜਿਹਦੇ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਕਾਫੀ ਦੇਰ ਤੋਂ ਤਕਰਾਰ ਚੱਲ ਰਿਹਾ ਸੀਗਾ। ਜਿਹੜੀ ਸੁਖਪ੍ਰੀਤ ਕੌਰ ਹੈ ਅਤੇ ਜਿਹੜਾ ਜਗਤਾਰ ਸਿੰਘ ਹੈ ਇਹਨਾਂ ਦਾ ਆਪਸੀ ਤਕਰਾਰ ਸੀਗਾ ਕਾਫੀ ਦੇਰ ਤੋਂ ਅਤੇ ਉਹ ਲੜਕੀ ਜਿਹੜੀ ਸੁਖਪ੍ਰੀਤ ਕੌਰ ਆਪਣੇ ਪੇਕੇ ਰਹਿ ਰਹੀ ਸੀਗੀ ਇਹਨਾਂ ਦੇ ਕੋਰਟ ਕੇਸ ਵੀ ਚੱਲ ਰਹੇ ਸੀਗੇ ਅਤੇ ਇਹਨਾਂ ਨੂੰ ਕੱਲ੍ਹ ਇਹ ਜਿਹੜਾ ਹੈਗਾ ਇਹਦੇ ਪੇਕੇ ਜਿਹੜੇ ਸੁਖਪ੍ਰੀਤ ਕੌਰ ਦੇ ਇਹਨਾਂ ਨੂੰ ਛੱਡਣ ਲਈ ਜਿਹੜਾ ਹੈਗਾ ਉੱਥੇ ਆਏ ਸੀ ਗੱਲਬਾਤ ਕਰਨ ਲਈ ਜੀਵਨ ਸਿੰਘ ਵਾਲੇ ਪਿੰਡ ਉਹਦੇ ਸਹੁਰੇ ਘਰ ਉੱਥੇ ਜਿਹੜਾ ਹੈਗਾ ਇਹਨਾਂ ਦਾ ਆਪਸ 'ਚ ਤਕਰਾਰ ਹੋ ਗਿਆ ਅਤੇ ਜਿਹਦੇ ਕਰਕੇ ਜਿਹੜਾ ਜਗਤਾਰ ਸਿੰਘ ਨੇ ਆਪਣੀ ਇੱਕ ਜਿਹੜੀ ਹੈਗੀ ਹੈ ਅਨਅਥਰਾਈਜ਼ਡ 12 ਬੋਰ ਰਾਈਫਲ ਹੈਗੀ ਹੈ ਪਤਾ ਲੱਗੀ ਉਹਦੇ ਨਾਲ ਜਿਹੜਾ ਹੈਗਾ ਗੋਲੀ ਚਲਾਤੀ। ਇਹ ਜਿਹੜੀ 12 ਬੋਰ ਦੀ ਰਾਈਫਲ ਹੈ ਇਹ ਪਤਾ ਲੱਗਿਆ ਵੀ ਇਹ ਜਿਹੜੀ ਆਪਣਾ ਇਹਦੇ ਸੰਬੰਧ 'ਚ ਅਸੀਂ ਜਿਹੜਾ ਹੈਗਾ ਇੱਕ ਐੱਫ ਆਈ ਆਰ ਨੰਬਰ ਜਿਹੜਾ 169 ਮਿਤੀ 16/10/24 ਅੰਡਰ ਸੈਕਸ਼ਨ 103 109 3-5 62 BNS 25-53-58 ਆਰਮਸ ਐਕਟ ਦੇ ਤਹਿਤ ਥਾਣਾ ਤਲਵੰਡੀ ਦਰਜ ਕੀਤਾ ਹੈ। ਇੰਸਪੈਕਟਰ ਸਰਬਜੀਤ ਕੌਰ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਤੁਰੰਤ ਕਾਰਵਾਈ ਕਰਦੇ ਹੋਏ ਬੜੀ ਹਿੰਮਤ ਦੇ ਨਾਲ ਜਿਹੜਾ ਪੰਜੋ ਦੇ ਪੰਜੋ ਦੋਸ਼ੀ ਹੈ ਜਿਹੜੇ ਹੈਗੇ ਹੈ ਉਹ ਅੱਜ ਮਿਤੀ 17/10/24 ਨੂੰ ਜਿਹੜੇ ਅਰੈਸਟ ਕਰ ਲਏ ਹੈ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਹੈਗੇ ਹੈ ਇਹ ਦੋਸ਼ੀ ਜਿਹੜੇ ਹੈਗੇ ਆ ਇਹਨਾਂ ਨੇ ਅਰੈਸਟ ਕਰ ਲਏ ਹੈਗੇ ਆ। ਸਰ ਜਿਹੜੇ ਰਾਈਫਲ ਵਰਤੀ ਗਈ ਹੈ ਜੇ ਚੋਣ ਜ਼ਾਬਤਾ ਲੱਗਿਆ ਹੋਣਾ ਕਰਕੇ ਕਿ ਉਹ ਜਮ੍ਹਾਂ ਨਹੀਂ ਕਰਵਾਈ ਗਈ ਜਾਂ ਕੋਈ ਨਜਾਇਜ਼ ਫਲਸ ਗਈ? ਨਹੀਂ ਇਹ ਇਸ ਤਰ੍ਹਾਂ ਹੈਗਾ ਇਹ ਪਤਾ ਲੱਗਿਆ ਹੈਗਾ ਵੀ ਜਿਹੜੀ ਰਾਈਫਲ ਨਾਲ ਇਹਨੇ ਫਾਇਰ ਕੀਤਾ ਇਹਨੇ ਮੁੱਢਲੀ ਪੁੱਛਗਿੱਛ 'ਤੇ ਦੱਸਿਆ ਵੀ ਉਹ ਇਹਦੇ ਫਾਦਰ ਦੇ ਨਾਂ 'ਤੇ ਸੀਗੀ ਜਿਹੜਾ ਜਗਤਾਰ ਸਿੰਘ ਹੈਗਾ ਇਹਦਾ ਫਾਦਰ ਅਮਰ ਸਿੰਘ ਜੀ ਦੀ ਡੈਥ ਹੋ ਚੁੱਕੀ ਹੈ ਅਤੇ ਇਹਨੇ ਉਹ ਜਿਹੜੀ ਹੈਗੀ ਹੈ ਰਾਈਫਲ ਦੇ ਬਾਰੇ ਨਾ ਤਾਂ ਕਿਸੇ ਨੂੰ ਸੂਚਿਤ ਕੀਤਾ ਅਤੇ ਨਾ ਹੀ ਉਹਦੇ 'ਤੇ ਬਾਰੇ ਕਿਸੇ ਨੂੰ ਦੱਸਿਆ। ਉਹਦੇ ਸੰਬੰਧ 'ਚ ਇਹਦੇ 'ਤੇ ਤਾਂ ਹੀ 25-53-58 ਆਰਮਸ ਐਕਟ ਦਾ ਜਿਹੜਾ ਹੈਗਾ ਉਹ ਐੱਫ ਆਈ ਆਰ ਲੌਂਚ ਕੀਤੀ। ਕੈਂਸਲ ਵੀ ਕਰਿਆ ਹੁਣ ਲਾਇਸੈਂਸ ਕੈਂਸਲ? ਹਾਂ ਉਹ ਕੈਂਸਲ ਕਰਨ ਲਈ ਅਸੀਂ ਜਿਹੜਾ ਹੈਗਾ ਉਹ ਲਿਖਤਾ ਹੈਗਾ ਡੀਸੀ ਸਾਹਿਬ ਨੂੰ ਅਤੇ ਉਹ ਅਸਲਾ ਜਿਹੜਾ ਹੈਗਾ ਉਹ ਹਲੇ ਬਰਾਮਦ ਕਰਾਉਣਾ ਜਿਹੜਾ ਹੈਗਾ ਬਾਕੀ ਹੈ ਉਹ ਇਹ ਤੋਂ ਪੁੱਛਗਿੱਛ ਕਰਕੇ ਉਹ ਛੇਤੀ ਅਸਲਾ ਜਿਹੜਾ ਹੈ ਬਰਾਮਦ ਕਰਾ ਲੈਣਾ। ਸਰ ਇਹ ਜਿਹੜੇ ਘਰ ਵਾਲੇ ਸੀ ਨਾਲ ਇਹ ਨਜਾਇਜ਼ ਜਿਹੜੀ ਸੀ ਕਹਿੰਦਾ ਰਿਸ਼ਤੇ ਦਾ ਵਿਆਹ ਕਰਾਇਆ ਕਿ ਵੈਸੇ ਰੱਖੀ ਸੀ? ਇਹਦੇ ਬਾਰੇ ਦੇਖੋ ਵੈਸੇ ਇਹਦੀ ਜਿਹੜੀ ਘਰ ਵਾਲੀ ਹੈਗੀ ਅਸਲ ਘਰ ਵਾਲੀ ਸੁਖਪ੍ਰੀਤ ਕੌਰ ਉਹਦਾ ਇਹੀ ਐਲੀਗੇਸ਼ਨ ਸੀਗਾ ਵੀ ਇਹਨੇ ਇਹਨੂੰ ਨਜਾਇਜ਼ ਤੌਰ 'ਤੇ ਜਿਹੜਾ ਹੈਗਾ ਆਪਣੇ ਨਾਲ ਰੱਖਿਆ ਅਤੇ ਇਹਦੇ ਨਾਲ ਇਹਦੇ ਨਜਾਇਜ਼ ਸੰਬੰਧ ਹੈ ਵੀ ਮੈਨੂੰ ਇਹਨੇ ਘਰੋਂ ਕੱਢਤਾ ਹੈਗਾ ਅਤੇ ਆਪ ਇਹ ਉਸ ਲੇਡੀ ਦੇ ਨਾਲ ਜਿਹੜਾ ਹੈਗਾ ਰਹਿ ਰਿਹਾ। ਪੁਲਿਸ ਨੇ ਪਹਿਲਾਂ ਵੀ ਕਾਰਵਾਈ ਕਰੀ ਸੀ ਜਿਹੜੇ ਸੰਬੰਧ ਇਹਦੇ ਸੰਬੰਧ ਦੇ ਵਿੱਚ ਇਹ ਕਾਫੀ ਦੇਰ ਪਹਿਲਾਂ ਜਿਹੜੇ ਹੈਗੇ ਇੱਥੇ ਦਰਖਾਸਤਬਾਜ਼ੀ ਇਹਨਾਂ ਦੀ ਚੱਲਦੀ ਸੀ ਜਿਹਦੇ ਸੰਬੰਧ ਦੇ ਵਿੱਚ ਉਦੋਂ ਇਹਨਾਂ ਦਾ ਆਪਸੀ ਇਹ ਫੈਸਲਾ ਹੋਇਆ ਸੀ ਵੀ ਕੋਰਟ ਕੇਸ ਕਰਾਂਗੇ ਅਤੇ ਉਹ ਕੋਰਟ ਕੇਸ ਇਹਨਾਂ ਦੇ ਚੱਲ ਵੀ ਰਹੇ ਆ ਪਰ ਕੱਲ੍ਹ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਜਿਹੜੇ ਇਹ ਉੱਥੇ ਲੜਕੀ ਨੂੰ ਨਾਲ ਲੈ ਕੇ ਗੱਲ ਕਰਨ ਗਏ ਸੀਗੇ ਇਹਦੇ ਪੇਕੇ ਘਰ ਵਾਲੇ ਸੁਖਪ੍ਰੀਤ ਕੌਰ ਦੇ ਉੱਥੇ ਇਹਨਾਂ ਦਾ ਤਕਰਾਰ ਹੋ ਗਿਆ। ਸਰ ਹੁਣ ਘਰਦਿਆਂ ਦੇ ਸਾਰਿਆਂ ਦੇ ਤੋਂ ਮਤਲਬ ਮਾਮਲਾ ਦੋ ਬੱਚੇ ਲੈ ਗਏ ਨੇ? ਹਾਂ ਇਹ ਜਿਹੜੇ ਹੈਗੇ ਆ ਜਿਹੜੇ ਅਕੋਰਡਿੰਗ ਟੂ ਜਿਹੜੇ ਜਿਹੜਾ ਮਦਈ ਹੈਗਾ ਸੁਖਜੀਵਨ ਸਿੰਘ ਸਨ ਆਫ ਕੁਲਵੰਤ ਸਿੰਘ ਪ੍ਰੈਜੀਡੈਂਟ ਆਫ ਕਲਾਲ ਵਾਲਾ ਇਹ ਕੁੜੀ ਦਾ ਜਿਹੜਾ ਭਰਾ ਹੈਗਾ ਉਹਦੇ ਬਿਆਨਾਂ 'ਤੇ ਜਿਹੜਾ ਹੈਗਾ ਇਹ ਐੱਫ ਆਈ ਆਰ ਜਿਹੜੀ ਹੈਗੀ ਆ ਲੌਜ। ਅਤੇ ਕਿੰਨੇ ਜਣੇ ਜਿੱਦਾਂ ਗ੍ਰਿਫਤਾਰ? ਇਹਦੇ 5 ਬੰਦੇ ਆ ਅਤੇ 5ਵੀਂ ਅਰੈਸਟ ਕਰ ਲਏ। ਹੁਣ ਹੋਰ ਕੋਈ ਪੁੱਛ ਗਿੱਛ ਖੁਲਾਸੇ ਹੋਏ? ਹਾਂ ਉਹ ਨੈਕਸਟ ਜਿਹੜਾ ਹੈਗਾ ਅੱਗੇ ਬਸ ਹਥਿਆਰ ਹੀ ਬਰਾਮਦ ਕਰਾਉਣਾ ਹੋਰ ਬਸ ਜਦ ਬਾਕੀ ਗੱਲਾਂ ਤੁਹਾਨੂੰ ਸ਼ੇਅਰ ਕਰ ਦਿੱਤੀ। ਨਿਰਮਲਜੀਤ ਕੌਰ ਦਾ ਜਿਹੜਾ ਹੈਗਾ ਉਹ ਪਿੰਡ ਹੈਗਾ ਇਹ ਬਰੇ ਪਿੰਡ ਦੀ ਹੈਗੀ ਹੈ ਜ਼ਿਲ੍ਹੇ ਮਾਨਸੇ। ਇਹ ਮਾਸੀ ਦੀ ਕੁੜੀ ਲੱਗਦੀ ਸੀ ਨਾ ਜਿਹੜੀ? ਇਹਦੇ ਬਾਰੇ ਹਾਲੇ ਦੇਖੋ ਪੁੱਛ ਗਿੱਛ ਦੇ ਵਿੱਚ ਅੱਗੇ ਨੈਕਸਟ ਪਤਾ ਕਰਾਂਗੇ ਹਾਲੇ ਇਹਦਾ ਪਤਾ ਲੱਗਿਆ।